ਸਤਿ ਸ਼੍ਰੀ ਅਕਾਲ ਜੀ, ਨਿਊਜ਼ਲਾਈਨ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਫੌਜੀ ਜਵਾਨ ਆਪਣੇ ਆਖਰੀ ਦਮ ਤੱਕ ਦੇਸ਼ ਦੀ ਰੱਖਿਆ ਕਰਦੇ ਹਨ, ਭਾਵੇਂ ਉਹ ਕਿੰਨੀ ਠੰਡ ਹੋਵੇ ਜਾਂ ਜ਼ਿਆਦਾ ਗਰਮੀ। ਪਰ ਜੇ ਤੁਹਾਨੂੰ ਕਿਹਾ ਜਾਵੇ ਕਿ ਇੱਕ ਫੌਜੀ ਜਵਾਨ ਆਪਣੀ ਮੌਤ ਤੋਂ ਬਾਅਦ ਡਿਊਟੀ ਕਰ ਰਿਹਾ ਹੈ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਅਤੇ ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਆਵੇਗਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਨਾਲ ਹੀ ਇਸ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ। ਜਦੋਂ ਅਸੀਂ ਚੈਨ ਦੀ ਨੀਂਦ ਸੌਂ ਰਹੇ ਹੁੰਦੇ ਹਾਂ ਤਾਂ ਸਾਡੇ ਫੌਜੀ ਜਵਾਨ ਉਸ ਸਮੇਂ ਬਾਰਡਰ ਦੇ ਦੇਸ਼ ਦੀ ਰੱਖਿਆ ਕਰਨ ਲਈ ਖੜ੍ਹੇ ਹੁੰਦੇ ਹਨ, ਚਾਹੇ ਉਹ ਗਰਮੀ ਦਾ ਮੌਸਮ ਹੋਵੇ ਜਾਂ ਕੜਾਕੇ ਦੀ ਠੰਡ। ਪਰ ਇੱਕ ਫੌਜੀ ਇਹੋ ਜਿਹਾ ਹੈ ਜੋ ਆਪਣੀ ਮੌਤ ਤੋਂ ਬਾਅਦ ਵੀ ਦੇਸ਼ ਦੀ ਰੱਖਿਆ ਕਰ ਰਿਹਾ ਹੈ। ਜੀ ਹਾਂ, ਤੁਹਾਨੂੰ ਯਕੀਨ ਨਹੀਂ ਆ ਰਿਹਾ ਤਾਂ ਸੁਣੋ ਕੀ ਹੈ ਸਾਰੀ ਕਹਾਣੀ। ਇੱਕ ਫੌਜੀ ਜਿਸ ਦੀ ਮੌਤ ਹੋ ਚੁੱਕੀ ਹੈ ਫਿਰ ਵੀ ਉਹ ਕਿਵੇਂ ਦੇਸ਼ ਦੀ ਰਾਖੀ ਕਰ ਸਕਦਾ ਹੈ? ਤੁਸੀਂ ਚਾਹੇ ਮੰਨੋ ਜਾਂ ਮੰਨੋ, ਇਸ ਨੂੰ ਇੱਥੋਂ ਦੇ ਲੋਕ ਨਹੀਂ ਬਲਕਿ ਵੱਡੇ ਵੱਡੇ ਅਫਸਰ ਵੀ ਇਸ ਗੱਲ ਨੂੰ ਮੰਨਦੇ ਹਨ। ਬਾਬਾ ਹਰਭਜਨ ਸਿੰਘ ਦਾ ਜਨਮ 30 ਅਗਸਤ 1946 ਨੂੰ ਪੰਜਾਬ ਦੇ ਗੁਜਰਾਂਵਾਲਾ ਵਿਖੇ ਹੋਇਆ। ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰਭਜਨ ਸਿੰਘ ਨੇ 30 ਜੂਨ 1965 ਨੂੰ ਭਾਰਤੀ ਫੌਜ ਵਿੱਚ ਸਿਪਾਹੀ ਦੇ ਤੌਰ 'ਤੇ ਨੌਕਰੀ ਜੁਆਇਨ ਕੀਤੀ ਅਤੇ 1968 ਨੂੰ ਉਹਨਾਂ ਦੀ ਪੋਸਟਿੰਗ ਬਦਲ ਕੇ ਚਾਈਨਾ ਬਾਰਡਰ ਸਿੱਕਮ ਵਿੱਚ ਹੋਈ। ਇੱਕ ਦਿਨ ਉਹਨਾਂ ਦੀ ਤਾਇਨਾਤੀ ਸਮੇਂ ਉਹ ਵਾਪਸ ਨਹੀਂ ਆਏ ਅਤੇ ਸਿਪਾਹੀਆਂ ਨੇ ਉਹਨਾਂ ਨੂੰ ਭਗੌੜਾ ਮੰਨ ਕੇ ਭੁੱਲ ਕਰ ਲਈ। ਹਰਭਜਨ ਸਿੰਘ ਦੀ ਬਹੁਤ ਭਾਲ ਕੀਤੀ ਗਈ ਪਰ ਉਹ ਕਿਤੇ ਨਹੀਂ ਮਿਲੇ। ਉਸ ਤੋਂ ਬਾਅਦ ਦੂਸਰੇ ਦਿਨ ਹੀ ਬਾਬਾ ਹਰਭਜਨ ਸਿੰਘ ਆਪਣੇ ਇੱਕ ਸਾਥੀ ਦੇ ਸੁਪਨੇ ਵਿੱਚ ਆਏ ਅਤੇ ਉਹਨਾਂ ਨੇ ਸੁਪਨੇ ਵਿੱਚ ਹੀ ਦੱਸਿਆ ਕਿ ਉਹਨਾਂ ਦੀ ਮ੍ਰਿਤਕ ਦੇਹ ਇਸ ਜਗ੍ਹਾ 'ਤੇ ਹੈ। ਜਦੋਂ ਉਹਨਾਂ ਦੇ ਨਾਲ ਵਾਲੇ ਸਾਥੀ ਉਸ ਜਗ੍ਹਾ 'ਤੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਬਾਬਾ ਹਰਭਜਨ ਸਿੰਘ ਦੀ ਮ੍ਰਿਤਕ ਦੇਹ ਅਤੇ ਰਾਈਫਲਾਂ ਉਹਨਾਂ ਨੂੰ ਸੁਪਨੇ ਵਿੱਚ ਦੱਸੀ ਹੋਈ ਜਗ੍ਹਾ ਤੋਂ ਹੀ ਮਿਲੀਆਂ। ਆਰਮੀ ਵੱਲੋਂ ਪੂਰੇ ਮਾਣ ਸਨਮਾਨ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉਸ ਤੋਂ ਕੁਝ ਦਿਨ ਬਾਅਦ ਬਾਬਾ ਹਰਭਜਨ ਸਿੰਘ ਫਿਰ ਆਪਣੇ ਸਾਥੀ ਦੇ ਸੁਪਨੇ ਵਿੱਚ ਆਏ ਤੇ ਕਿਹਾ, ਮੇਰਾ ਮੰਦਿਰ ਬਣਾ ਦਿੱਤਾ ਜਾਵੇ, ਮੇਰੀ ਆਤਮਾ ਅਜੇ ਵੀ ਡਿਊਟੀ ਕਰੇਗੀ। ਸ਼ੁਰੂ ਵਿੱਚ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਉਸ ਤੋਂ ਕੁਝ ਦਿਨ ਬਾਅਦ ਕੋਈ ਅਣਹੋਣੀ ਹੋਣ ਤੋਂ ਪਹਿਲਾਂ ਹੀ ਹਰਭਜਨ ਸਿੰਘ ਆਪਣੇ ਸਾਥੀਆਂ ਦੇ ਸੁਪਨੇ ਵਿੱਚ ਆ ਕੇ ਉਹਨਾਂ ਨੂੰ ਦੱਸ ਦਿੰਦੇ। ਹੌਲੀ ਹੌਲੀ ਸਾਰੇ ਸਿਪਾਹੀਆਂ ਨੂੰ ਵਿਸ਼ਵਾਸ ਹੋਣ ਲੱਗਾ। ਕੁਝ ਸਮੇਂ ਬਾਅਦ ਚੀਨ ਦੇ ਲੋਕਾਂ ਨੇ ਭਾਰਤ ਨੂੰ ਚਿੱਠੀ ਭੇਜੀ, ਜਿਸ ਚਿੱਠੀ ਵਿੱਚ ਲਿਖਿਆ ਸੀ ਕਿ ਤੁਹਾਡਾ ਕੋਈ ਸਿਪਾਹੀ ਘੋੜੇ ਦੇ ਚਿੱਟੇ ਕੱਪੜਿਆਂ ਵਿੱਚ ਚੀਨ ਵਿੱਚ ਦਿਖਾਈ ਦਿੰਦਾ ਹੈ, ਉਸ ਨੂੰ ਵਾਪਸ ਬੁਲਾ ਲਿਆ ਜਾਵੇ। ਬਾਬਾ ਹਰਭਜਨ ਸਿੰਘ ਨੇ 72 ਘੰਟੇ ਤੋਂ ਪਹਿਲਾਂ ਹੀ ਇੱਕ ਸਿਪਾਹੀ ਦੇ ਸੁਪਨੇ ਵਿੱਚ ਆ ਕੇ ਇਸ ਦਾ ਪਤਾ ਭਾਰਤੀ ਅਧਿਕਾਰੀਆਂ ਨੂੰ ਦੱਸ ਦਿੱਤਾ ਸੀ ਕਿ ਚੀਨੀ ਤੁਹਾਨੂੰ ਇੱਕ ਚਿੱਠੀ ਭੇਜਣਗੇ ਤੇ ਤੁਸੀਂ ਜਵਾਬ ਵਿੱਚ ਕਹਿ ਦਿਓ ਕਿ ਸਾਡਾ ਸੈਨਿਕ ਤੁਹਾਨੂੰ ਕੁਝ ਨਹੀਂ ਕਹੇਗਾ। ਫਿਰ ਉਹਨਾਂ ਨੇ ਆਪਣੇ ਜਵਾਬੀ ਰੂਪ ਵਿੱਚ ਚੀਨ ਨੂੰ ਚਿੱਠੀ ਭੇਜੀ, ਜਿਸ ਵਿੱਚ ਉਹਨਾਂ ਨੇ ਹਰਭਜਨ ਸਿੰਘ ਬਾਰੇ ਦੱਸਿਆ ਕਿ ਸਾਡਾ ਇਹ ਸੈਨਿਕ ਜਿਉਂਦਾ ਨਹੀਂ। ਇਹ ਵੀ ਕਿਹਾ ਕਿ ਇਹ ਬਾਬਾ ਤੁਹਾਨੂੰ ਕੁਝ ਨਹੀਂ ਕਹਿਣਗੇ ਅਤੇ ਚੀਨੀ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ। ਥੋੜੇ ਸਮੇਂ ਬਾਅਦ ਸਿੱਕਮ ਵਿੱਚ ਬਾਬਾ ਹਰਭਜਨ ਸਿੰਘ ਦਾ ਇੱਕ ਮੰਦਿਰ ਬਣਾ ਦਿੱਤਾ ਗਿਆ। ਉਸ ਮੰਦਿਰ ਵਿੱਚ ਬਾਬਾ ਦੀ ਵਰਦੀ ਅਤੇ ਬਿਸਤਰਾ, ਉਹਨਾਂ ਦੀਆਂ ਹੋਰ ਕਈ ਜ਼ਰੂਰੀ ਵਸਤਾਂ ਰੱਖੀਆਂ ਗਈਆਂ। ਉਹਨਾਂ ਦੀ ਤਨਖਾਹ ਵੀ ਹਰ ਮਹੀਨੇ ਉਹਨਾਂ ਦੇ ਘਰ ਪਹੁੰਚਾ ਦਿੱਤੀ ਜਾਂਦੀ ਸੀ। ਉਹਨਾਂ ਨੂੰ ਦੂਸਰੇ ਸਿਪਾਹੀਆਂ ਵਾਂਗ ਛੁੱਟੀ, ਪ੍ਰਮੋਸ਼ਨ ਅਤੇ ਸਵੇਰ ਸ਼ਾਮ ਦਾ ਖਾਣਾ ਵੀ ਦਿੱਤਾ ਜਾਣ ਲੱਗਾ। ਥੋੜੇ ਹੀ ਸਮੇਂ ਵਿੱਚ ਆਮ ਲੋਕਾਂ ਦੀ ਆਸਥਾ ਵੀ ਬਹੁਤ ਜ਼ਿਆਦਾ ਵੱਧ ਗਈ ਅਤੇ ਇਸ ਆਸਥਾ ਨੂੰ ਵੱਧਦੀ ਦੇਖਦਿਆਂ ਸਿਪਾਹੀਆਂ ਵੱਲੋਂ ਉਸ ਮੰਦਿਰ ਨੂੰ ਵੱਡਾ ਕਰ ਦਿੱਤਾ ਗਿਆ। ਲੋਕੀ ਉਸ ਮੰਦਿਰ ਵਿੱਚ ਆਉਣ ਲੱਗੇ, ਆਪਣੀਆਂ ਮਨੋਕਾਮਨਾ ਇੱਕ ਡਾਇਰੀ 'ਤੇ ਲਿਖਦੇ ਅਤੇ ਉਹਨਾਂ ਦਾ ਮੰਨਣਾ ਸੀ ਕਿ ਬਾਬਾ ਜੀ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਮੰਦਿਰ ਦੇ ਅੰਦਰ ਲੋਕ ਪਾਣੀ ਦੀਆਂ ਬੋਤਲਾਂ ਵੀ ਰੱਖਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਕੋਈ ਵੀ ਰੋਗੀ ਪਾਣੀ ਦੀ ਬੋਤਲ ਨੂੰ ਮੰਦਿਰ ਦੇ ਅੰਦਰ 3 ਦਿਨ ਰੱਖਣ ਤੋਂ ਬਾਅਦ ਉਸ ਬੋਤਲ ਵਿਚਲਾ ਪਾਣੀ 21 ਦਿਨ ਵਿੱਚ ਹੌਲੀ ਹੌਲੀ ਕਰਕੇ ਪੀ ਲਵੇ ਤਾਂ ਉਸ ਰੋਗੀ ਦੀ ਹਰ ਸਰੀਰਕ ਬਿਮਾਰੀ ਦੂਰ ਹੋ ਜਾਂਦੀ ਹੈ। ਜਦੋਂ ਰਾਤ ਹੋ ਜਾਂਦੀ ਉਦੋਂ ਹੀ ਮੰਦਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਰਾਤ ਨੂੰ ਬਾਬਾ ਹਰਭਜਨ ਸਿੰਘ ਦਾ ਡਿਊਟੀ ਦਾ ਟਾਈਮ ਹੋ ਜਾਂਦਾ। ਇੱਥੋਂ ਤੱਕ ਹੀ ਨਹੀਂ, ਜਦੋਂ ਕੋਈ ਸਿਪਾਹੀ ਰਾਤ ਨੂੰ ਸੌਣ ਲੱਗਦਾ ਤਾਂ ਬਾਬਾ ਉਸ ਨੂੰ ਥੱਪੜ ਮਾਰ ਕੇ ਜਗਾਉਂਦੇ। ਜਦੋਂ ਬਾਬਾ ਛੁੱਟੀ 'ਤੇ ਆਉਂਦੇ ਤਾਂ ਬਾਰਡਰ ਦੀ ਸੁਰੱਖਿਆ ਵਧਾ ਦਿੱਤੀ ਜਾਂਦੀ। ਹੁਣ ਚੀਨੀ ਅਧਿਕਾਰੀ ਵੀ ਬਾਬਾ ਦਾ ਆਦਰ ਕਰਨ ਲੱਗੇ। ਜਦੋਂ ਕੋਈ ਸਮਾਗਮ ਹੁੰਦਾ ਤਾਂ ਬਾਬਾ ਲਈ ਇੱਕ ਕੁਰਸੀ ਖਾਲੀ ਰੱਖੀ ਜਾਂਦੀ ਅਤੇ ਉਹਨਾਂ ਦੇ ਪਿੰਡ ਹਰ ਸਾਲ ਉਹਨਾਂ ਦੀ ਯਾਦ ਵਿੱਚ ਇੱਕ ਮੇਲਾ ਵੀ ਲੱਗਦਾ ਹੈ। ਬਾਬਾ ਹਰਭਜਨ ਸਿੰਘ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਨਹੀਂ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਹਰਭਜਨ ਸਿੰਘ ਜ਼ਰੂਰ ਲਿਖਿਓ। ਇਸ ਦੇ ਨਾਲ ਹੀ ਇਜਾਜ਼ਤ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।